ਦੱਸਿਆ ਨਸ਼ਾ ਇੱਕ ਬਿਮਾਰੀ ਹੈ ਜਿਸ ਨੂੰ ਇਹ ਬਿਮਾਰੀ ਇੱਕ ਵਾਰੀ ਲੱਗ ਜਾਂਦੀ ਹੈ ਉਸ ਦਾ ਮਾਗੇ ਦਮ ਦਾ ਪਿੱਛਾ ਨਹੀਂ ਛੱਡਦੀ ਸਾਡੇ ਭਾਰਤ ਖਾਸ ਕਰਕੇ ਪੰਜਾਬ ਨਸ਼ੇ ਦੀ ਲਪੇਟ ਵਿੱਚ ਆਇਆ ਹੋਇਆ ਹੈ ਪੰਜਾਬ ਦੇ ਕਈ ਨੌਜਵਾਨ ਮੁਟਿਆਰਾਂ ਇਸ ਦੀ ਗ੍ਰਿਫਤ ਵਿੱਚ ਪੂਰੀ ਤਰ੍ਹਾਂ ਆ ਚੁੱਕੇ ਹਨ ਅੱਜ ਦੀ ਨੌਜਵਾਨ ਪੀੜ੍ਹੀ ਕਾਫੀ ਵੱਡੀ ਗਿਣਤੀ ਵਿੱਚ ਨਸ਼ਿਆਂ ਦੇ ਗੁਲਾਮ ਹਨ ਇਹਨਾਂ ਨਸ਼ਿਆਂ ਵਿੱਚ ਪੈ ਕੇ ਨੌਜਵਾਨ ਸਿਰਫ ਆਪਣੇ ਭਵਿੱਖ ਨੂੰ ਖਰਾਬ ਨਹੀਂ ਕਰਦੇ ਬਲਕਿ ਪੂਰੇ ਸਮਾਜ ਘਰ ਦੇਸ਼ਾਂ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ ਨਸ਼ਿਆਂ ਨੂੰ ਪੰਜਾਬ ਦੇ ਜਵਾਟੀ ਨੂੰ ਗਾਲ ਕੇ ਰੱਖ ਦਿੱਤਾ ਹੈ ਨਸ਼ੇ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਅਫੀਮ ਚਰਸ ਭੰਗ ਗਾਂਜਾ ਕੋਕੀਨ ਸਮੈਕ ਹੈਰੋਇਨ ਸ਼ਰਾਬ ਨੂੰ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਨਸ਼ੇ ਨਾਲ ਜ਼ਿੰਦਗੀ ਤਬਾਹ ਹੋ ਸਕਦੀ ਹੈ ਨਸ਼ਿਆਂ ਨਾਲ ਮਾਨਸਿਕ ਨੁਕਸਾਨ ਹੁੰਦਾ ਹੈ ਤੇ ਸਰੀਰਕ ਵੀ ਕਈ ਹੋਸਟਲ ਨਸ਼ੇ ਦੇ ਵਪਾਰੀਆਂ ਦੇ ਅੱਡੇ ਵੀ ਬਣ ਚੁੱਕੇ ਹਨ ਆਮ ਤੌਰ ਤੇ ਲੋਕ ਸਸਤੀ ਸ਼ਰਾਬ ਵੀ ਪੀ ਲੈਂਦੇ ਹਨ ਜਿਸ ਕਾਰਨ ਭਾਰੀ ਜਾਨੀ ਨੁਕਸਾਨ ਹੋ ਜਾਂਦਾ ਹੈ ਗਾਂਧੀ ਜੀ ਦੀ ਪ੍ਰੇਰਣਾ ਨਾਲ ਅੰਗਰੇਜ਼ੀ ਰਾਜ ਵਿੱਚ ਸ਼ਰਾਬਖੋਰੀ ਦੇ ਵਿਰੁੱਧ ਇੱਕ ਵੱਡੀ ਲਹਿਰ ਚਲਾਈ ਗਈ ਸੀ ਔਰਤਾਂ ਸ਼ਰਾਬ ਦੇ ਠੇਕਿਆਂ ਅੱਗੇ ਘੇਰਾ ਪਾਉਂਦੀਆਂ ਹਨ ਇਸ ਦਾ ਅਸਰ ਭਾਵੇਂ ਥੋੜੇ ਸਮੇਂ ਲਈ ਸੀ ਪਰ ਸਮਾਜ ਵਿੱਚ ਜਾਗਰੂਕਤਾ ਤਾਂ ਆ ਗਈ ਸੀ ਇਸ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਇਹਨਾਂ ਨਸ਼ੇਖੋਰੀ ਤੋਂ ਦੂਰ ਰਹਿਣਾ ਚਾਹੀਦਾ ਹੈ ਧੰਨਵਾਦ।